ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ। ਸਿੱਧੂ ਮੂਸੇਵਾਲੇ ਦੀ ਹਵੇਲੀ ਮੂਸੇ ਦੇ ਵਿੱਚ ਖੜੇ ਹਾਂ ਤੇ ਅੱਜ ਇੱਥੇ ਆਉਣ ਦਾ ਖਾਸ ਕਾਰਨ ਹੈ ਕਿ ਅੱਜ ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ। 11 ਜੂਨ 1993 ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਨਮ ਹੁੰਦਾ ਹੈ ਮੂਸਾ ਪਿੰਡ ਦੇ ਵਿੱਚ। ਇਸੇ ਪਿੰਡ ਦੀਆਂ ਗਲੀਆਂ ਦੇ ਵਿੱਚ ਖੇਡ ਕੇ ਸਿੱਧੂ ਮੂਸੇਵਾਲਾ ਜਵਾਨ ਹੁੰਦਾ ਹੈ। ਸਿੱਧੂ ਮੂਸੇਵਾਲਾ ਪੰਜਾਬ ਪੰਜਾਬੀਅਤ ਦੀ ਗੱਲ ਬੜੀ ਠੋਕ ਕੇ ਕਰਦਾ ਸੀ। ਉਸਦੇ ਗੀਤਾਂ ਉਸਦੇ ਬੋਲਾਂ ਦੇ ਵਿੱਚ ਜੁੜਤ ਸੀ। ਸਿੱਧੂ ਮੂਸੇਵਾਲਾ ਭਾਵੇਂ ਜਿਸਮਾਨੀ ਤੌਰ ਤੇ ਅੱਜ ਨਹੀਂ ਹੈ ਪਰ ਉਸ ਨੂੰ ਚਾਹੁਣ ਵਾਲੇ ਉਸਦੇ ਜਨਮ ਦਿਨ ਨੂੰ ਉਸੇ ਤਰ੍ਹਾਂ ਸੈਲੀਬ੍ਰੇਟ ਕਰਦੇ ਨੇ। ਪਿਛਲੇ ਸਾਲ ਵੀ ਸਿੱਧੂ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜਾ ਜਨਮ ਦਿਨ ਫੈਨਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਮਨਾਇਆ ਗਿਆ ਤੇ ਇਸ ਵਾਰ ਵੀ ਸਿੱਧੂ ਦੀ ਗੈਰ ਮੌਜੂਦਗੀ ਦੇ ਵਿੱਚ ਜਿਹੜਾ ਜਨਮ ਦਿਨ ਮਨਾਇਆ ਜਾਣਾ। ਹਾਲਾਂਕਿ ਭਾਵੇਂ ਸਿੱਧੂ ਦਾ ਨਿੱਕਾ ਵੀਰ ਆ ਗਿਆ ਪਰ ਜਿਹੜੇ ਸਿੱਧੂ ਮੂਸੇਵਾਲੇ ਦੀ ਕਮੀ ਹੈ ਉਸ ਨੂੰ ਉਹ ਜਿਹੜਾ ਖੱਪਾ ਉਹ ਜਿਹੜਾ ਟੋਆ ਉਹ ਕਦੇ ਪੂਰਿਆ ਨਹੀਂ ਜਾ ਸਕਦਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਬਾਰੇ ਲਾਏ ਹੋਏ ਨੇ, ਤਿਆਰੀਆਂ ਪੂਰੀਆਂ ਚੱਲ ਰਹੀਆਂ ਜ਼ੋਰਾਂ ਸ਼ੋਰਾਂ ਤੇ। ਇੱਥੇ ਫੋਟੋ ਗੈਲਰੀ ਬਣਾਈ ਹੋਈ ਹੈ ਇਸ ਵਾਰ ਜਿੱਥੇ ਫੈਨਸ ਨੇ ਜਿਹੜੇ ਆ ਕੇ ਫੋਟੋ ਖਿਚਾਉਂਦੇ ਨੇ। ਤਾਂ ਤੁਸੀਂ ਤਸਵੀਰ ਵੇਖ ਸਕਦੇ ਹੋ, ਇਹ ਟਿੱਬਿਆਂ ਦੇ ਪੁੱਤ ਦੀ ਤਸਵੀਰ ਹੈ ਜਿਹਦੇ ਵਿੱਚ ਉਹ ਅਣਖੀ ਗੱਭਰੂ ਰੋਬਦਾਰ ਨੌਜਵਾਨ ਸਿੱਖੀ ਪੰਜਾਬ ਪੰਜਾਬੀਅਤ ਦੀ ਗੱਲ ਕਰਨ ਵਾਲਾ ਜਿਸਦੇ ਗੀਤਾਂ ਬੋਲਾਂ ਸ਼ਬਦਾਂ ਦੇ ਵਿੱਚ ਐਸੀ ਰਵਾਨਗੀ ਸੀ ਕਿ ਉਹ ਹਰ ਇੱਕ ਨੂੰ ਖਿੱਚ ਲੈਂਦੇ ਸਨ। ਤਾਂ ਦੱਸ ਦਈ ਕਿ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਹੈ ਅੱਜ, ਫੈਨਸ ਪਹੁੰਚੇ ਹੋਏ ਨੇ, ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ, ਸਭ ਨੂੰ ਚਾਹੇ ਕਿ ਉਹ ਸਿੱਧੂ ਦੇ ਹਵੇਲੀ ਦੇ ਵਿੱਚ ਪਹੁੰਚੇ ਤੇ ਉਸਦੇ ਜਨਮ ਦਿਨ ਦਾ ਹਿੱਸਾ ਬਣੇ। ਤਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਫੈਨਸ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਦੂਰ ਦੁਰਾਡੇ। ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਧਰਲੇ ਪਾਸੇ ਸਿੱਧੂ ਮੂਸੇਵਾਲਾ ਦੇ ਉਹ ਖੇਤੀਬਾੜੀ ਦੇ ਸੰਦਾਂ ਦੇ ਵੀ ਮਾੜੇ ਜੇ ਨਜ਼ਰ ਮਰਾ ਦੇ ਜਿਨ੍ਹਾਂ ਨੂੰ ਉਹ ਜੀ ਜਾਨ ਤੋਂ ਵੱਧ ਪਿਆਰ ਕਰਦਾ ਸੀ। ਸਿੱਧੂ ਮੂਸੇਵਾਲਾ ਦਾ ਟਰੈਕਟਰ 6911 ਜਦੋਂ 6911 ਦਾ ਉਹਨੂੰ ਬ੍ਰਾਂਡ ਅੰਬੈਸਡਰ ਕਿਹਾ ਜਾਂਦਾ। ਸਿੱਧੂ ਮੂਸੇਵਾਲਾ ਅਕਸਰ ਆਪਣੇ ਗੀਤਾਂ ਦੇ ਵਿੱਚ ਵੀ 6911 ਨੂੰ ਇਸ ਤਰ੍ਹਾਂ ਉਸਨੇ ਫਿੱਟ ਕਰ ਦਿੱਤਾ, ਇਸ ਤਰ੍ਹਾਂ ਉਸਨੇ ਗੀਤਾਂ ਦੇ ਵਿੱਚ ਐਡਜਸਟ ਕਰ ਦਿੱਤਾ ਕਿ ਹੈ ਕੋਈ ਹੋਰ। ਇਹ ਗੱਲ ਉਹ ਬੜੇ ਮਾਣ ਦੇ ਨਾਲ ਕਹਿੰਦਾ ਹੁੰਦਾ ਸੀ। ਟਿੱਬਿਆਂ ਦਾ ਪੁੱਤ ਆਪਣੀ ਮੁੱਛ ਨੂੰ ਵੱਟ ਦੇ ਕੇ ਕਹਿ ਦਿੰਦਾ ਹੁੰਦਾ ਸੀ, ਹਿੱਕ ਦੇ ਜ਼ੋਰ ਦੇ ਨਾਲ ਕਹਿੰਦਾ ਸੀ, ਜੁਰਤ ਦੇ ਨਾਲ ਕਹਿੰਦਾ ਸੀ। ਤਾਂ ਉਸਨੇ ਬੜੀ ਵਾਰੀ ਇਹ ਗੱਲ ਪ੍ਰੂਵ ਵੀ ਕਰੀ ਹੈ ਜਿੱਥੇ ਬਹੁਤ ਵਾਰੀ ਕਲਾਕਾਰ ਪਿੱਛੇ ਹਟ ਜਾਂਦੇ ਨੇ ਕਈ ਗੱਲਾਂ ਤੋਂ। ਤਾਂ ਸਿੱਧੂ ਮੂਸੇਵਾਲਾ ਫਾਨੇ ਨੂੰ ਅੜ ਜਾਂਦਾ ਸੀ। ਤਾਂ ਇਧਰਲੇ ਪਾਸੇ ਇੱਕ ਹੋਰ ਟਰੈਕਟਰ ਆ ਜਿੱਥੇ ਉਹਨੇ ਝੋਟਾ ਲਿਖਾਇਆ ਹੋਇਆ। ਤਾਂ ਇਸ ਤਰ੍ਹਾਂ ਉਸਨੂੰ ਆਪਣੇ ਖੇਤੀਬਾੜੀ ਦੇ ਸੰਦਾਂ ਦੇ ਨਾਲ ਬੜਾ ਮੋਹ ਸੀ। ਨਵੇਕਲਾ ਜਾਂ ਕਲਾਕਾਰ ਸੀ ਉਹ, ਬਾਕੀ ਕਲਾਕਾਰਾਂ ਵਾਂਗਾ ਚੰਡੀਗੜ੍ਹਾਂ ਦੇ ਫਲੈਟਾਂ ਦੇ ਵਿੱਚ ਨਹੀਂ ਰਿਹਾ। ਉਹ ਖੁੱਲੀਆਂ ਜ਼ਮੀਨਾਂ ਵਾਲਾ ਗੱਭਰੂ ਜਿਸਨੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਵੀ ਕੀਤੀ ਹੈ ਤਾਂ ਪਿੰਡ ਦੇ ਵਿੱਚ ਰਹਿ ਕੇ ਕੀਤੀ ਹੈ। ਉਸਨੇ ਪਿੰਡੋਂ ਬੈਠੇ ਨੇ ਬਿੱਲ ਬੋਰਡ ਤੇ ਠਾ ਠਾ ਗਾਣੇ ਸੁੱਟੇ ਨੇ। ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਖਿਆਲ ਦੇ ਨਾਲ ਇਹ ਸਿੱਧੂ ਦੇ ਲਈ ਇੱਕ ਵੱਡਾ ਦਿਨ ਹੈ ਕਿ ਉਸ ਨੂੰ ਚਾਹੁਣ ਵਾਲੇ ਗਰਮੀ ਨਹੀਂ ਵੇਖਦੇ, ਮੀਂਹ ਨਹੀਂ ਵੇਖਦੇ, ਝੱਖੜ ਨਹੀਂ ਵੇਖਦੇ, ਪਹੁੰਚ ਜਾਂਦੇ ਨੇ। ਤਾਂ ਇੱਕ ਵਾਰੀ ਦਿਖਾ ਦਈਏ ਕਿ ਕੇਕ ਵੀ ਅੱਜ ਇੱਥੇ ਕੱਟਿਆ ਜਾਣਾ। ਪਿਛਲੀ ਵਾਰ ਵੀ ਬਾਪੂ ਬਲਕੌਰ ਸਿੰਘ ਨੇ, ਮਾਂ ਚਰਨ ਕੌਰ ਨੇ, ਸਾਰਿਆਂ ਨੇ ਇੱਥੇ ਕੇਕ ਕੱਟਿਆ ਸੀ। ਤਾਂ ਇਸ ਵਾਰ ਸਿੱਧੂ ਦੀ ਗੈਰ ਮੌਜੂਦਗੀ ਦੇ ਵਿੱਚ ਉਸਦਾ ਦੂਸਰਾ ਜਨਮ ਦਿਨ ਹੈ ਕਿਉਂਕਿ ਸਿੱਧੂ ਜਦੋਂ ਹੁੰਦਾ ਸੀ ਤਾਂ ਉਦੋਂ ਫਿਰ ਗਲੀਆਂ ਭਰ ਜਾਂਦੀਆਂ ਸੀ। ਉਹ ਆਪ ਹੀ ਕਹਿ ਦਿੰਦਾ ਸੀ ਕਿ ਹੁਣ ਤਾਂ ਕੇਕਾਂ ਵਾਲਾ ਬਾਬਾ ਵੱਜਣ ਲੱਗ ਜਾਣਾ। ਕੇਕ ਹੀ ਇੰਨੇ ਆਉਂਦੇ ਸੀ, ਪਿਆਰ ਕਰਨ ਵਾਲੇ ਇੰਨੇ ਦੂਰ ਦੁਰਾਡਿਓਂ ਚੱਲ ਕੇ ਆਉਂਦੇ ਸੀ ਤੇ ਕਮਾਲ ਹੋ ਜਾਂਦੀ ਸੀ। ਇਹ ਸਾਰੀਆਂ ਚੀਜ਼ਾਂ ਉਸਨੂੰ ਬੜਾ ਮੋਹ ਸੀ। ਉਸਨੂੰ ਜਿਹੜਾ ਵੀ ਉਹਦੇ ਕੋਲ ਆਉਂਦਾ ਸੀ ਫਿਰ ਉਹਦਾ ਹੀ ਬਣ ਕੇ ਰਹਿ ਜਾਂਦਾ ਸੀ। ਉਹਦੇ ਅੰਦਰ ਇੱਕ ਸੀ ਖਿੱਚ ਸੀ, ਦੀਵਾਨਾ ਬਣਾ ਲੈਂਦਾ ਸੀ ਹਰ ਇੱਕ ਨੂੰ। ਜਦੋਂ ਉਸਦਾ ਜਨਮ ਦਿਨ ਹੁੰਦਾ ਸੀ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਗਰਮੀ ਸਿਖਰ ਦੁਪਹਿਰੇ ਦੇ ਵਿੱਚ ਆਉਂਦੇ, ਉਹਦੇ ਲਈ ਕੇਕ ਲੈ ਕੇ, ਉਹਦੇ ਲਈ ਪਿਆਰ ਲੈ ਕੇ। ਤਾਂ ਅੱਜ ਬੇਸ਼ੱਕ ਇਹਨਾਂ ਨੂੰ ਸਿੱਧੂ ਤਾਂ ਇੱਥੋਂ ਨਹੀਂ ਮਿਲਣਾ, ਸਿੱਧੂ ਦੀਆਂ ਯਾਦਾਂ ਇਹ ਜ਼ਰੂਰ ਨਾਲ ਲੈ ਕੇ ਜਾਣਗੇ। ਸਿੱਧੂ ਦੀ ਹਵੇਲੀ ਦੇ ਵਿੱਚ ਇਹਨਾਂ ਨੂੰ ਆ ਕੇ ਮਹਿਸੂਸ ਹੁੰਦਾ ਜਿਵੇਂ ਸਿੱਧੂ ਇਹਨਾਂ ਦੇ ਨੇੜੇ ਤੇੜੇ ਹੁੰਦਾ। ਤਾਂ ਮੈਂ ਉੱਧਰ ਤੁਹਾਨੂੰ ਇੱਕ ਵਾਰ ਨਜ਼ਰ ਵੀ ਮਰਾ ਦੇਵਾਂ ਕਿ ਸਿੱਧੂ ਜਿਵੇਂ ਪੱਗ ਦੀ ਗੱਲ ਬੜੀ
ਤਰੀਕੇ ਦੇ ਨਾਲ ਕਰਦਾ ਸੀ ਆਪਣੇ ਗੀਤਾਂ ਦੇ ਵਿੱਚ, ਜਦੋਂ ਕਹਿੰਦਾ ਸੀ ਕਿ ਇਹ ਟਾਵਲ ਨਹੀਂ ਸਿਰ ਤੇ ਮਾਣ ਜੱਟਾਂ ਦਾ। ਦੱਸਦੀ ਕਿ ਇਧਰਲੇ ਪਾਸੇ ਕੁਝ ਨੌਜਵਾਨ ਵੀ ਨੇ ਮੇਰੇ ਵੀਰ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੋਂ ਆਏ ਨੇ। ਸਰਦਾਰ ਮੁੰਡੇ ਨੇ, ਕਿਉਂਕਿ ਪੱਗਾਂ ਦੀ ਗੱਲ, ਪੰਜਾਬ ਦੀ ਗੱਲ, ਕੜਿਆਂ ਦੀ ਗੱਲ, ਤਾਂ ਉਹ ਸਾਰਾ ਕੁਝ ਹੈ ਜਿਹੜਾ ਉਹ ਸਿੱਧੂ ਦੇ ਗੀਤਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਹੋਣਾ। ਆ ਹਵੇਲੀ ਹੈ ਜਿਹੜੀ ਸਿੱਧੂ ਅਕਸਰ ਕਹਿ ਵੀ ਦਿੰਦਾ ਸੀ ਕਿ ਲੋਕ ਬੜੇ ਮਾਣ ਦੇ ਨਾਲ ਕਹਿ ਕੇ ਆਉਂਦੇ ਨੇ ਕਿ ਸਾਡੇ ਭਾਈ ਦੀ ਹਵੇਲੀ।